ਸਰ, ਇਹ ਮੇਰਾ ਨਾਮ ਸੁਖਦੀਪ ਸਿੰਘ, ਵਿਲੇਜ ਭੁੱਲਰ, ਡਿਸਟ੍ਰਿਕਟ ਤਰਨ ਤਾਰਨ। ਇਹ ਗੱਲ ਇਹ ਹੈ ਕਿ ਨਸ਼ਾ ਇਹ ਜਿਹੜੇ ਆ ਬੰਦੇ ਵੇਚਦੇ ਆ, ਠੀਕ ਹੈ ਜੀ। CPM ਦੀਆਂ ਜਿਹੜੀਆਂ ਹੈਗੀਆਂ ਵਾ ਸ਼ੀਸ਼ੀਆਂ, ਨਸ਼ੇ ਵਾਲੀਆਂ ਜਿਹੜੀਆਂ ਗੋਲੀਆਂ ਬਹੁਤ ਵੇਚਦੇ ਆ, ਪਹਿਲਾਂ ਹੀ ਇਹਨਾਂ ਦੇ ਪਰਚੇ ਦਰਜ ਹੈਗੇ ਆ, ਠੀਕ ਹੈ ਜੀ। ਅਤੇ ਜਿਹੜੀ ਅਸੀਂ ਸਾਡੇ ਘਰ ਆਣ ਕੇ ਬਾਅਦ ਦੇ ਵਿੱਚ ਇਹ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਸ਼ੀਸ਼ੀਆਂ ਕਾਹਦੇ 'ਤੇ ਸੁੱਟਦੇ ਜੋ, ਇਹ ਸਾਡੇ ਆਣ ਕੇ ਘਰ ਗੱਲ ਪੈ ਗਈ ਆ, ਠੀਕ ਹੈ ਜੀ। ਉਹ ਗੱਲ ਪੈ ਆ, ਉਸ ਤੋਂ ਬਾਅਦ ਅਸੀਂ ਦਰਖਾਸਤ ਜਾ ਕੇ ਦਿੱਤੀ ਹੈ ਪਰਸੋਂ ਦੀ, 181 'ਤੇ ਵੀ ਕੀਤੀ ਆ, 8:30 ਵਜੇ ਦੀ ਪਰਸੋਂ ਦੀ, ਅਜੇ ਤੱਕ ਸੁਣਵਾਈ ਨਹੀਂ ਹੋਈ। ਅਤੇ ਅੱਜ ਜਿਹੜੀ ਆ, ਅੱਜ ਫਿਰ ASI ਸਾਹਿਬ ਉਹਨਾਂ ਦੇ ਘਰ ਕਿਤੇ ਆਏ ਸੀ, ਅਤੇ ਉਹ ਸਾਡੇ ਘਰ ਆਣ ਕੇ ਉਦੋਂ ਬਾਅਦ ਆਣ ਕੇ ਫਿਰ ਆਣ ਕੇ ਗੱਲ ਪੈ ਗਏ ਆਣ ਕੇ ਸਾਡੇ ਘਰ। ਗਾਲੀ ਗਲੋਚ ਬਹੁਤ ਕੀਤਾ ਸਾਡੇ ਨਾਲ, ਸਾਨੂੰ ਇਨਸਾਫ ਦਵਾਇਆ ਜਾਵੇ। ਤਾਂ ਅਸੀਂ ASI ਸਾਹਿਬ ਨੂੰ ਕੀਤਾ ਸੀ, ਉਹਨਾਂ ਨੇ ਕਿਹਾ, ਮੈਂ ਉਹਨਾਂ ਨੂੰ ਕਿਹਾ ਕਿ ਉਹ ਬੁਲਟ ਦੇ ਪਟਾਕੇ ਮਰਾ ਰਹੇ ਆ। ਉਹਨਾਂ ਨੇ ਗਾੜੀਓਂ ਕਿਹਾ ਵੀ ਤੈਨੂੰ ਜੈਡ ਸਕਿਉਰਟੀ ਦੇ ਦਈਏ, ਜਦੋਂ ਤੈਨੂੰ 4 ਵਜੇ ਦਾ ਟਾਈਮ ਦਿੱਤਾ ਤੂੰ 4 ਵਜੇ ਆ। ਪਰ ਅਸੀਂ 4 ਵਜੇ ਕਿਸ ਤਰ੍ਹਾਂ ਜਾ ਸਕਦੇ ਸੀ ਉੱਥੇ, ਕਿਉਂਕਿ ਸਾਡੇ ਘਰ ਦੇ ਗਾੜੀ 'ਤੇ ਉਹਨਾਂ ਨੇ ਲਾ ਕੇ ਖਲੋਤੇ ਸੀ, ਨਾਰਾ ਲਾ ਕੇ ਇੱਕ ਹਿਸਾਬ ਦਾ ਖਲੋਤੇ ਸੀ ਸਾਰੇ ਜਾਣੇ। ਸਾਡੀ ਅਸੀਂ ਉਹਨਾਂ ਦੀ ਕੋਸ਼ਿਸ਼ ਜਿਹੜੀ ਆ, ਵੀਡੀਓ ਵੀ ਬਣਵਾਈ ਹੈਗੀ ਹੈ। ASI ਸਾਹਿਬ ਸਰਬਜੀਤ ਸਿੰਘ ਜੀ, ਸਦਰ ਥਾਣੇ ਆ। ਸਾਨੂੰ ਇਨਸਾਫ ਚਾਹੀਦਾ ਜੀ, ਜੋ ਵੀ ਕਾਰਵਾਈ ਬਣਦੀ ਆ ਇਨਸਾਫ ਬਸ ਚਾਹੀਦਾ। ਭੁੱਲਰ ਪਿੰਡ ਆ ਜੀ ਸਾਡਾ। ਕੀ ਨਾਮ ਤੁਹਾਡਾ? ਮੇਰਾ ਨਾਮ ਬੇਅੰਤ ਕੌਰ। ਕੀ ਗੱਲ ਹੋਈ ਹੈ ਸਾਰੀ? ਇਹ ਬਹੁਤ ਚਿਰਾਂ ਤੋਂ ਸਾਡੇ ਬਹੁਤ ਲੜਾਈ ਕਰਦੇ ਆ, ਅਸੀਂ ਡਰ ਡਰ ਕੇ ਵੱਜਦੇ ਹਾਂ। ਹੁਣ ਵੀ ਸਾਡੇ ਕੱਪੜੇ ਪਾੜਨ ਤੱਕ ਗਏ ਆ, ਅਤੇ ਲੋਕਾਂ ਨੇ ਪਿਛਾਂ ਕੀਤਾ ਵਾ। ਇਹ ਆਉਂਦੇ ਨਹੀਂ, ਤੁਹਾਨੂੰ ਛੱਡਣਾ ਨਹੀਂ। ਦੋਵਾਂ ਬੂਹਾਂ ਗਾੜੀ ਸਾਡੇ ਨਾਕੇ ਲਾਏ ਆ, ਕਿੱਧਰ ਨੂੰ ਦੱਸੋ ਅਸੀਂ ਨਿਕਲ ਗਏ। ਕਾਹਦੀ ਗੱਲੋਂ ਲਾਏ ਜਾਣੇ? ਕੀ ਗੱਲ ਹੋਈ ਤੁਹਾਡੇ ਨਾਲ? ਕਿਉਂ ਰੰਜੀ ਸਾਹਿਬ? ਇਹ ਸਾਡੇ ਨਾਲ ਬਹੁਤ ਚਿਰ ਤੋਂ ਹੀ ਇਹ ਦਏ ਕਰਨ, ਅਤੇ ਅਸੀਂ ਡਰਦੇ ਹੀ ਇਹਨਾਂ ਤੋਂ, ਪਿਛਾਂ ਹਟਦੇ ਹਾਂ, ਪਿਛਾਂ ਹਟਦੇ ਹਾਂ, ਪਿਛਾਂ ਹਟਿਆਂ ਨੂੰ ਵੀ ਨਹੀਂ ਛੱਡਦੇ। ਸਰ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ? ਮੇਰਾ ਪਿੰਡ ਭੁੱਲਰ ਆ। ਕੀ ਨਾਮ ਜੀ ਆਪਣਾ? ਅਨੂਪ ਸਿੰਘ। ਕੀ ਗੱਲ ਹੋਈ ਇੱਥੇ ਸਾਰੀ ਜਿਹੜੀ? ਗੱਲ ਇੱਥੇ ਵੀ ਆਪ ਵਿੱਚੋਂ ਦੀ ਲੜਨ ਡਏ ਹੈਗੇ। ਅੱਛਾ। ਅਤੇ ਇਹ ਪਤਾ ਨਹੀਂ ਕੋਈ ਇਹਨਾਂ ਨੇ ਗਾਲ ਗੂਲ ਕੱਢੀ ਜਾਂ ਕਿਤਰਾ ਵਾ, ਤਾਂ ਉਹ ਮੁੜ ਕੇ ਕੋਠਿਆਂ ਥਾਣੀ ਆ ਗਏ ਇੱਧਰ। ਬਸ ਇੰਨਾ ਕੁਝ ਹੀ ਵੇਖਿਆ, ਤਗੜ ਤਗੜ ਹੁੰਦੀ। ਕੁਝ ਇਹ ਦੱਸਣ ਦੇ ਕਿ ਸ਼ੀਸ਼ੀਆਂ ਸ਼ੂਸ਼ੀਆਂ ਜਿਹੜੀਆਂ ਖਿਲਰੀਆਂ ਰਹਿੰਦੀਆਂ? ਸ਼ੀਸ਼ੀਆਂ ਤਾਂ ਇੱਥੇ ਆਮ ਸਾਡੇ ਪੂਆਂ ਤੇਕਰ ਵੀ ਖਿਲਰੀਆਂ ਹੁੰਦੀਆਂ, ਉਹਨਾਂ ਦੀ ਕੋਈ ਗੱਲ ਨਹੀਂ। ਟੀਕਾ ਟੂਕੇ ਵਾਲੀਆਂ ਹੀ ਹੁੰਦੀਆਂ ਵਾ, ਅਤੇ ਇੱਧਰ ਸਾਡੇ ਵੀ ਆਪੂਆਂ ਤੇਕਰ ਆ ਜਾਂਦੀਆਂ ਵਾ, ਸ਼ੀਸ਼ੀਆਂ ਖਾਲੀ ਸ਼ੀਸ਼ੀਆਂ ਹੁੰਦੀਆਂ। ਕੰਪਲੇਂਟ ਆਈ ਸੁਖਦੇਵ ਸਿੰਘ ਵੱਲੋਂ ਭੁੱਲਰਾਂ ਦਾ, ਉਹਨੇ ਕੁਲਦੀਪ ਸਿੰਘ ਅਤੇ ਉਹਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਖਿਲਾਫ ਦਿਖਾ ਦਿੱਤੀ ਹੈ ਵੀ ਅਸੀਂ ਆਪਸ ਵਿੱਚ ਲੜੇ ਸੀ ਅਤੇ ਅੱਗੋਂ ਤਮਾਸ਼ਾ ਦੇਖ ਰਹੇ, ਸਾਡਾ ਇਹ ਟੀਕੇ ਵੇਚਦੇ ਨੇ। ਉਹਦੀ ਵੈਰੀਫਿਕੇਸ਼ਨ ਵਾਸਤੇ ASI ਸਰਬਜੀਤ ਸਿੰਘ ਨੂੰ ਮਾਰ ਕੀਤੀ ਦਰਖਾਸਤ। ਉਹ ਕੱਲ੍ਹ ਜਾ ਕੇ ਵੀ ਆਇਆ ਸੀਗਾ, ਅਤੇ ਜਾ ਕੇ ਦੋਨੋਂ ਪਾਰਟੀਆਂ ਨੂੰ ਉਹਨੇ ਟਾਈਮ ਦਿੱਤਾ ਸੀ ਆਪਣੇ ਇਹਦੀ ਦਰਖਾਸਤ ਵਾਸਤੇ, ਲੇਕਿਨ ਕੱਲ੍ਹ ਪਾਰਟੀਆਂ ਹਾਜ਼ਰ ਨਹੀਂ ਆਈਆਂ। ਅਤੇ ਇਹਨੂੰ ਮੈਂ ਪਰਸਨਲੀ ਵੈਰੀਫਾਈ ਕਰ ਲੈਣਾ, ਜੇ ਇਹਦੇ ਵਿੱਚ ਕੋਈ ਉਹ ਟੀਕਿਆਂ ਟੂਕਿਆਂ ਗੱਲ ਹੋਊਗੀ ਤਾਂ ਉਹ ਕਰ ਵੀ ਕਰ ਦਾਂਗੇ। ਕੋਈ ਗੱਲ ਨਹੀਂ, ਮੈਂ ਆਪ ਪਰਸਨਲੀ ਇਹਨੂੰ ਚੈੱਕ ਕਰ ਲੈਣਾ, ਜੇ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਹੋਊਗੀ ਤਾਂ ਉਹਦੇ ਮੁਤਾਬਕ ਕਰ ਵੀ ਕਰ ਦਾਂਗੇ। ਮੈਂ ਚੈੱਕ ਕਰਕੇ ਦੱਸ ਸਕਦਾ, ਇੱਦਾਂ ਮੈਨੂੰ ਪਤਾ ਨਹੀਂ ਹੈ ਜੀ।